ਔਜ਼ ਬਿੱਲਾ ਇਮਨ ਸ਼ੈਤਾਨ ਰਜੀਮ ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਦੋਸਤੋ, ਤੁਸੀਂ ਵੇਖਦੇ ਪਏ ਹੋ ਇਤਮਾਦ ਟੀਵੀ ਤੇ ਮੈਂ ਤੁਹਾਡਾ ਦੋਸਤ ਮੁਹੰਮਦ ਆਸਿਫ। ਦੋਸਤਾਂ ਵਾਸਤੇ ਹਰ ਰੋਜ਼ ਇਸ ਤਰ੍ਹਾਂ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ। ਅੱਜ ਹੀ ਆਏ ਹਾਂ ਜੀ ਬਾਈ ਮਜ਼ਰ ਕੋਲ, ਦੋ ਜਾਨਵਰਾਂ ਦੀ ਵੀਡੀਓ ਲੈ ਕੇ। ਮਜ਼ਰ ਬਾਈ ਕੋਲ ਤਿੰਨ ਜਾਨਵਰ ਸਨ, ਮਹਿਮਾਨ ਆਏ ਨੇ ਜੀ ਸ਼ਾਹਕੋਟ ਤੋਂ। ਇੱਕ ਜਾਨਵਰ ਮਾਸ਼ਾਅੱਲਾ ਜੀ ਉਹਨਾਂ ਖਰੀਦੀ ਹੈ ਮੱਝ, ਤੇ ਦੋ ਜਾਨਵਰਾਂ ਦੀ ਦੋਸਤੋ ਵੀਡੀਓ ਲੈ ਕੇ ਹਾਜ਼ਰ ਹੋਇਆ। ਵੀਡੀਓ ਵੇਖਣ ਤੋਂ ਪਹਿਲੇ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਬਾਈ ਮਜ਼ਰ ਦਾ ਜੀ ਐਡਰੈਸ ਹੈ ਤਹਿਸੀਲ ਤਾਂਦਲਿਆਂਵਾਲਾ, ਜ਼ਿਲ੍ਹਾ ਫੈਸਲਾਬਾਦ। ਤਾਂਦਲਿਆਂਵਾਲਾ ਫੈਸਲਾਬਾਦ ਤੋਂ ਆਉਣਾ ਜੀ ਤਾਂਦਲਿਆਂਵਾਲਾ, ਤਾਂਦਲਿਆਂਵਾਲਾ ਤੋਂ ਜੀ ਰਾਮ ਸ਼ਾਹ ਕੰਜਵਾਣੀ ਰੋਡ ਤੇ ਰਸਤੇ 'ਚ ਆਉਂਦਾ ਜੀ ਗੰਡਾਸ ਚੌਕ। ਗੰਡਾਸ ਚੌਕ ਤੋਂ ਕਾਰਪੇਟ ਰੋਡ ਨਿਕਲਦਾ ਹੈ ਜੀ ਬੇਦੀਆਂ ਚੌਕ, ਬੇਦੀਆਂ ਚੌਕ ਦੇ ਨਾਲ ਹੀ ਆਬਾਦੀ ਖੁੰਗਰਾ ਹੈ ਜੀ ਇਹਨਾਂ ਦਾ ਐਡਰੈਸ। ਤਾਰੀਖ ਹੈ ਅੱਜ 2 ਜੁਮਾਤੁਲ ਮੁਬਾਰਕ ਦਾ ਦਿਨ ਹੈ ਜੀ, 12ਵਾਂ ਮਹੀਨਾ 2022। ਦੋਸਤੋ ਮਜ਼ਰ ਬਾਈ ਆਪਣਾ ਨੰਬਰ ਦਿੰਦੇ ਨੇ, ਮੇਰਾ ਨੰਬਰ ਹੈ ਜੀ 0347-76-55-403, ਇਹ ਹੀ ਵਟਸਐਪ ਨੰਬਰ ਹੈ, ਇਹ ਹੀ ਲੋਕਲ ਨੰਬਰ ਹੈ। ਮਜ਼ਰ ਬਾਈ ਨੰਬਰ ਦਿੰਦੇ ਨੇ ਔਰ ਡਿਟੇਲ ਦੱਸਦੇ ਨੇ ਜੀ। ਨੰਬਰ 0317-75-32-218, ਇਹ ਹੀ ਵਟਸਐਪ ਹੈ, ਲੋਕਲ ਨੰਬਰ ਹੈ। ਬਕਾਇਆ ਬਾਈ ਆਸਫ ਗੱਲ ਇਹ ਰਹਿ ਗਈ ਕਿ ਅੱਗੇ ਤੋਂ ਜਿਹੜੀ ਵੀਡੀਓ ਆਪਣੀ ਲੱਗਣੀ ਹੈ, ਤੁਸੀਂ ਵੀ ਦੱਸ ਛੋਟੇ ਭਰਾਵਾਂ ਨੂੰ। ਬਿਲਕੁਲ ਜੀ, ਮਜ਼ਰ ਬਾਈ ਦੀ ਵੀਡੀਓ ਅਗਾਂਹ ਤੋਂ ਇਨਸ਼ਾਅੱਲਾ ਐਤਵਾਰ ਨੂੰ ਤੇ ਜੁਮੇ ਰਾਤ ਵਾਲੇ ਦਿਨ ਹਫ਼ਤੇ ਵਿੱਚ 2 ਦਿਨ ਦੀ ਵੀਡੀਓ ਲਗਾਵਾਂਗੇ। ਔਰ ਅਲਹਮਦੁਲਿਲਾ ਅੱਗੇ ਦੀ ਤਰ੍ਹਾਂ ਜਿਵੇਂ ਬਾਈ ਮਜ਼ਰ ਅੱਗੇ ਇਤਮਾਦ ਟੀਵੀ ਦੇ ਨਾਲ ਰਹੇ ਨੇ, ਅਲਹਮਦੁਲਿਲਾ ਇਸੇ ਤਰ੍ਹਾਂ ਅੱਛੇ ਅੱਛੇ ਜਾਨਵਰ, ਖੂਬਸੂਰਤ ਔਰ ਅਨਮੋਲ, ਜਾਇਜ਼ ਮੁਨਾਸਿਬ ਰੇਟ ਤੇ ਲਾਇਆ ਆਵਣਗੇ। ਔਰ ਇਨਸ਼ਾਅੱਲਾ ਇਹ ਕੰਮ ਐਵੇਂ ਹੀ ਰਵਾਂ ਦਵਾਂ ਰਹਿਣਾ ਜਿਸ ਤਰ੍ਹਾਂ ਅੱਗੇ ਇਤਮਾਦ ਟੀਵੀ ਨਾਲ ਰਹੇ ਨੇ, ਇਨਸ਼ਾਅੱਲਾ ਬਾਈ ਮਜ਼ਰ ਉਹਨੇ ਇਤਮਾਦ ਟੀਵੀ ਦੇ ਨਾਲ ਰਵਣਗੇ ਅਲਹਮਦੁਲਿਲਾ, ਔਰ ਤੁਹਾਡੇ ਦੋਸਤਾਂ ਦੀ ਖਿਦਮਤ ਤੇ ਹਾਜ਼ਰ ਹੁੰਦੇ ਰਹਾਂਗੇ। ਬਕਾਇਆ ਬਈ ਆਸਫ ਗੱਲ ਇਹ ਰਹਿ ਗਈ ਨਾ ਕਿ ਕਮ ਸੇ ਕਮ 5-6 ਸਾਲ ਅਰਸਾ ਮੈਂ ਤੁਹਾਡੇ ਨਾਲ ਜੁੜ ਕੇ ਕੰਮ ਕੀਤਾ। ਬਿਲਕੁਲ ਜੀ, ਇਤਮਾਦ ਟੀਵੀ ਨਾਲ ਅਲਹਮਦੁਲਿਲਾ ਹਫਤੇ ਦੇ ਵਿੱਚ 20-20 ਸੇਲ ਕੀਤੇ, 5-5 ਵੀ ਸੇਲ ਕੀਤੇ। ਬਿਲਕੁਲ ਜੀ, ਤੇ ਇਹ ਅਲਹਮਦੁਲਿਲਾ ਇਸ ਤਰ੍ਹਾਂ ਸੇਲ ਕੀਤੇ ਕਿ ਜੇ ਜਾਨਵਰ ਘਰ ਪਹੁੰਚਦੇ ਸੀਗੇ ਤੇ ਭਰਾ ਪਹਿਲੇ ਜਿਵੇਂ ਕਿਸੇ ਨੇ ਅਦਾਲਤ ਲੱਗੀ ਹੁੰਦੀ ਹੈ ਇਸ ਤਰ੍ਹਾਂ ਡੇਰੇ 'ਚ ਆ ਕੇ ਬੈਠੇ ਹੁੰਦੇ ਸੀ, ਤੇ ਅਲਹਮਦੁਲਿਲਾ ਹੁਣ ਵੀ ਐਵੇਂ ਹੀ ਹੈ। ਬਸ ਕੁਝ ਮੇਰੀ ਆਪਣੀ ਮਸਰੂਫੀਅਤ, ਕੰਮ ਕਾਰ ਦੇ ਵਿੱਚ ਥੋੜਾ ਜਿਹਾ ਕੰਮ ਢਿੱਲਾ ਹੋ ਗਿਆ, ਲੇਕਿਨ ਅਲਹਮਦੁਲਿਲਾ ਹੁਣ ਨੈਕਸਟ ਟਾਈਮ ਇਹੀ ਹੋਏਗਾ ਕਿ ਹਰ ਜੁਮੇਰਾਤ ਤੇ ਇਤਵਾਰ ਦੇ ਦਿਨ ਜਾਨਵਰ ਹਰ ਵੀਡੀਓ ਦੇ ਕੋਲ 8-7-8-10 ਬਿਲਕੁਲ ਜੀ ਦੋਸਤੋ, ਇੱਕ ਵਾਰ ਦੇ ਵਿੱਚ ਇਤਵਾਰ ਤੇ ਜੁਮੇ ਦਾ ਦਿਨ ਆਉਂਦਾ, ਯਾਨੀ ਸੋਮਵਾਰ ਤੇ ਜੁਮੇ ਦਾ ਵੀਡੀਓ ਲੱਗਦੀ ਸੀ, 8-10 ਜਾਨਵਰ ਇੱਕ ਵਾਰ ਵਿੱਚ ਹੁੰਦੇ ਸਨ, ਔਰ 2 ਵਾਰਾਂ 'ਚ 15-16 ਜਾਨਵਰ ਵੇਚਣਾ ਬੜੀ ਮਹਾਰਤ ਵਾਲੀ ਗੱਲ ਹੈ। ਪਰ ਬਾਈ ਮਜ਼ਾ ਦਾ ਇੱਕ ਨਾਂ ਰਿਹਾ ਜੀ, ਅਲਹਮਦੁਲਿਲਾ ਇਸੇ ਤਰ੍ਹਾਂ ਹੀ ਅਗਾਂ ਨੈਕਸਟ ਦੋਸਤਾਂ ਨਾਲ ਐਵੇਂ ਹੀ ਇਤਮਾਦ ਨਾਲ ਯਕੀਨ ਨਾਲ ਬਾਈ ਮਜ਼ਰ ਚੱਲੇਗੇ, ਔਰ ਸਾਡੇ ਵੀ ਦੋਸਤ ਸਾਡੇ ਨਾਲ ਇਨਸ਼ਾਅੱਲਾ ਇਤਮਾਦ ਰੱਖਣਗੇ ਔਰ ਇਤਮਾਦ ਕਰਦੇ ਨੇ। ਅਸੀਂ ਬੜਾ ਸ਼ੁਕਰਗੁਜ਼ਾਰ ਹਾਂ ਜੀ ਇਹਨਾਂ ਦੋਸਤਾਂ ਦਾ ਜਿਹੜੇ ਸਾਡੇ 'ਤੇ ਯਕੀਨ ਕਰਦੇ ਨੇ ਔਰ ਇਤਮਾਦ ਕਰਦੇ ਨੇ ਔਰ ਜਾਨਵਰ ਸਾਡੇ ਕੋਲੋਂ ਖਰੀਦਦੇ ਨੇ। ਪਿਛਲੇ ਕੱਲ੍ਹ ਦੇ ਦਿਨ 'ਚ ਜੀ 2 ਵੀਡੀਓ ਅਸਾਂ ਚਾੜੀਆਂ ਸਨ, ਬਾਈ ਸਿਕੰਦਰ ਦੀਆਂ ਔਰ ਬਾਈ ਲਿਆਕਤ ਦੀਆਂ। ਜਿਹੜੀ ਬਾਈ ਸਿਕੰਦਰ ਦੀਆਂ ਵੀਡੀਓ 4 ਮੱਝਾਂ ਦੀ ਚਾੜੀ, ਉਹ 4ੇ ਮੱਝਾਂ ਹੀ ਸੇਲ ਹੋ ਗਈਆਂ। ਅੱਲਾਹ ਤਾਲਾ ਉਹਨਾਂ ਦੋਸਤਾਂ ਦੀ ਨਸੀਬ ਕਰੇ ਔਰ ਅਸੀਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਜਿਹੜੇ ਦੋਸਤਾਂ ਨੇ ਸਾਡੇ ਤੇ ਯਕੀਨ ਕੀਤਾ ਔਰ ਜਾਨਵਰ ਖਰੀਦੇ ਨੇ। ਜੀ ਲੈ ਆਓ ਜੀ ਪਹਿਲੇ ਨੰਬਰ ਤੇ ਜੀ। ਦੂਸਰੀ ਦੱਸ ਦਿਓ ਮੱਝ ਦੇ ਬਾਰੇ। ਦੂਸਰੀ ਮੱਝ ਸੇਲ ਹੋਈ ਪਰ ਮਹਿਮਾਨ ਬੈਠੇ ਆ, ਖਾਣਾ ਛਾਣਾ ਖਾਂਦੇ ਪਏ ਆ ਜੀ, ਤੇ ਬਕਾਇਆ ਮੰਗਦੇ ਵੀ ਸੀਗੇ। ਫਿਰ ਮੈਂ ਇਹ ਤੁਹਾਨੂੰ ਪਤਾ ਵੀਡੀਓ ਆਪਣੀ ਕੈਂਸਲ ਹੋ ਜਾਂਦੀ ਸੀ, ਵਾਰ ਸੀਗਾ, ਤੇ ਪਰ ਹੁਣ ਖੁਦ ਹੀ ਤੱਕ ਲੈਣਾ ਅਲਹਮਦੁਲਿਲਾ ਕਿ ਆਏ ਲੇਟ ਹੈ ਤੇ ਲੇਕਿਨ ਆਏ ਦਰੁਸਤ ਹੈ ਜੀ ਮਾਸ਼ਾਅੱਲਾ ਜੀ। ਮਜ਼ਰ ਬਾਈ ਭਾਈ ਆਸਿਫ ਮੱਝ ਦੂਸਰਾ ਸੂਆ ਸੂਈ ਆ, ਠੀਕ ਹੋ ਗਿਆ ਜੀ, ਐਵੇਂ ਕੁਝ ਘੰਟੇ ਹੋਏ ਆ, ਜੇਰ ਅਜੇ ਪਾਈ ਆ, ਠੀਕ ਹੈ, ਠੀਕ ਕੁਝ ਬੋਲਾ ਕੱਢ ਲਿਆ ਹੋਇਆ, ਠੀਕ ਹੋ ਗਿਆ ਜੀ, ਕੁਝ ਬੋਲਾ ਕੱਢ ਲਿਆ, ਮੱਝ ਬੈਠੀ ਆ, ਜੇਰ ਪਾਈ ਆ, ਇਹ ਅਲਹਮਦੁਲਿਲਾ ਥਣ ਹਵਾਨਾ, ਇਹ ਤੁਸੀਂ ਖੁਦ ਹੀ ਦੱਸ ਦਿਓ ਕਿ ਅੱਜ ਸ਼ੱਕ ਕੋਈ ਨਹੀਂ। ਉਹ ਅਗਲੀ ਗੱਲ ਮੇਰੀ ਹੁਣ ਕੀਤੀ ਹੈ ਨਾ ਕਿ ਲੇਟ ਜ਼ਰੂਰ ਪਰ ਦਰੁਸਤ ਹੈ। ਮਾਸ਼ਾਅੱਲਾ ਜੀ ਦੋਸਤੋ, ਦੂਸਰਾ ਵਾਰ ਦੀ ਸੂਈ ਹੈ, ਅੱਜ ਹੀ ਸੂਈ ਹੈ, ਕੋ ਚੰਦ ਘੰਟੇ ਹੋਏ ਨੇ, ਜੇਰ ਪਾ ਲਈ ਸੂ, ਕੋ ਕਿਲੋ 2 ਬੋਲਾ ਉਹਨਾਂ ਨੇ ਕੱਢਿਆ ਜੀ ਥਣ ਪਾਸ ਕਰਨ ਵਾਸਤੇ, ਔਰ ਬੜਾ ਅਨਮੋਲ ਤੋਹਫਾ ਹੈ ਜੀ। ਇਹ ਦੋਸਤੋ ਵੇਖ ਲਓ, ਮੁੱਠੀ ਭਰ ਥਣ ਲੱਗੇ ਹੋਏ ਨੇ,
ਬਟਨ ਲੱਗੇ ਹੋਏ ਨੇ ਔਰ ਬੜੀ ਰਾਤ ਵਾਲੀ ਵਜੂਦ ਵਾਲੀ ਔਰ ਬੜੀ ਵੇਲ ਵਾਲੀ ਮੱਝ ਹੈ ਜੀ। ਅਲਹਮਦੁਲਿਲਾ ਜਿਹੜੇ ਭਰਾ ਆਉਂਦੇ ਨਾ ਸ਼ਜ਼ੋਰ ਲਿਆ ਕੇ ਦੋ ਤੇ ਮੈਂ ਇਹਨਾਂ ਸ਼ਜ਼ੋਰ ਲਿਆ ਕੇ ਇੱਕ ਹੀ ਲੈ ਕੇ ਜਾਣ ਕੇ ਦੂਸਰੀ ਦੀ ਗੁੰਜਾਇਸ਼ ਕੋਈ ਨਾ ਹੋਏਗੀ। ਅਲਹਮਦੁਲਿਲਾ ਕੱਦ ਬੁੱਤ ਵਜੂਦ ਸਿਰ ਦੀ ਮੱਝ ਅੱਖਾਂ ਬਿਲਕੁਲ ਸਫੈਦ ਬਲਾਂ ਵਾਂਗ ਚਮਕਦੀਆਂ ਠੀਕ ਹੋ ਗਿਆ। ਐਡੀ ਵੱਡੀ ਮੱਝ ਉਗਲਾ ਉਂਗਲਾਂ ਇਸ਼ਾਰੇ ਨਾਲ ਮੱਝ ਮੂੰਹ ਪਰ ਛੱਡਦੀ ਆ। ਮਾਸ਼ਾਅੱਲਾ ਜੀ ਮਾਸ਼ਾਅੱਲਾ ਬੱਗੀ ਮੋਛ ਇਸ ਅੱਖਾਂ ਸੋਹਣੀਆਂ ਇਸ ਬੜੀ ਰੁੱਤ ਵਜੂਦ ਵਾਲੀ ਰੱਤ ਵਾਲੀ ਸੋਹਣੀ ਗਰਦਨ ਇਸ ਉੱਤੇ ਜੀ ਮਾਸ਼ਾਅੱਲਾ ਆਉਂਦੇ ਨਾ ਦੋਸਤ ਆਉਂਦੇ ਕਿ ਫੁੱਟ ਫੁੱਟ ਮੈਂ ਨਾ ਡੇਢ ਡੇਢ ਫੁੱਟ ਦੀ ਪਛਾਣ ਮੈਂ ਵੇਖਣ ਦੋਸਤ ਸਾਰੇ ਜਿਸਮ ਦੇ ਤੇ ਬਕਾਇਆ ਅਲਹਮਦੁਲਿਲਾ ਭਾਈ ਆਸਫ ਕੱਦ ਬੁੱਤ ਦੀ ਪੁੱਠੇ ਵਜੂਦ ਦੇ ਭਰਾ ਸਾਰੇ ਵਿਖਾਉਂਦੇ ਆ। ਮੈਂ ਨਹੀਂ ਆਉਂਦਾ ਮਾੜੀਆਂ ਮੇਰੇ ਤੋਂ ਵੀ ਚੰਗੀਆਂ ਵਿਖਾਉਂਦੇ ਆ ਲੇਕਿਨ ਇੱਕ ਹੋਸੀ ਤੇ ਜੇ ਲੇਕਿਨ ਇੱਕ ਹੋਸੀ ਸਾਰਿਆਂ ਸਰਦਾਰ ਆ ਥਣ ਦੇਖੋ ਦੋਸਤੋ ਤੇ ਜੇ ਬੜਾ ਸੋਹਣਾ ਮੁੱਠੀ ਪਰ ਚਾਰੇ ਥਾਣੀ ਬਰਾਬਰ ਲੱਗਿਓ ਆ ਵੇਖੋ ਲੈ ਬੱਚਾ ਆਸਾ ਭਾਈ ਕਿੱਥੇ ਆ ਤੇ ਜਿੱਥੇ ਮਰਦੀ ਬਹਿ ਕੇ ਚੋਈ ਰੱਖੋ ਪੀ ਰੱਖੋ ਕੋਈ ਮਸਲਾ ਨਹੀਂ ਬੱਚੇ ਤੋਂ ਵੀ ਸਾਈਡ ਤੇ ਹੋ ਗਏ ਇਹ ਤੋਤੇ ਭਾਈ ਅਸਾਂ ਵਸੀਲੀ ਕੋ ਨਹੀਂ ਬਕਾ ਜੇ ਮਾਈ ਦਾ ਕੁਝ ਬੋਲਾ ਕੇ ਨਾ ਕੱਢਿਆ ਹੁੰਦਾ ਤੇ ਜੇ ਮਾਈ ਟੁਰਨਾ ਵਾਜਾ ਰੋਂਦੇ ਮੋੜ ਗੱਲ ਕਰਦੇ। ਦੋਸਤੋ ਦੇਖੋ ਨਾ ਥਣ ਚਾਰੇ ਬਰਾਬਰ ਹਨ ਜੀ ਦੋਸਤੋ ਨਜ਼ਰ ਆ ਰਿਹਾ ਤੁਹਾਨੂੰ ਦਿਖਾ ਰਿਹਾ ਚਾਰੇ ਥਣ ਬਰਾਬਰ ਮੁੱਠੀ ਭਰ ਸੋਹਣੇ ਦੂਸਰੇ ਵਾਰੇ ਦੀ ਸੂਈ ਹੈ ਤੇ ਭਾਈ ਨਾ ਮਤਲਬ ਜਿਹੜੀ ਪੂਰੀ ਚਵਾਈ ਹੁਣ ਹੋਣੀ ਆ ਕੁਝ ਬੱਚੇ ਨੇ ਵੀ ਵਾਵਾ ਚੁੰਗਿਆ ਬੱਚੇ ਵੀ ਰੱਜਿਆ ਫਿਰਦਾ ਠੀਕ ਹੈ ਠੀਕ ਹੋ ਗਿਆ ਜੀ ਕੁਝ ਥਣ ਵੀ ਸਾਫ ਕੀਤੇ ਆਪਣੀ ਗਰੰਟੀ ਔਰ ਬੱਚਾ ਦੋਸਤੋ ਥੱਲੇ ਕੱਟੀ ਜੇ ਬਲਕਿ ਜੋੜਾ ਅਲਹਮਦੁਲਿਲਾ ਭਰਾਵਾਂ ਦਿੰਦੇ ਪਏ ਆ ਤੇ ਜਿਵੇਂ ਕਮਾਨ ਦੀਆਂ ਨਿਸ਼ਾਨੀਆਂ ਵੀ ਉਹ ਕੱਟੀਆਂ ਦੀ ਨਿਸ਼ਾਨੀਆਂ ਫਰਕ ਕੋਈ ਨਹੀਂ ਕੱਟੀ ਮਾਸ਼ਾਅੱਲਾ ਦੋਸਤੋ ਥੱਲੇ ਤੇ ਮਾਸ਼ਾਅੱਲਾ ਬੜੀ ਤਗੜੀ ਕੱਟੀ ਹੈ ਜੀ ਸੋਹਣੀ ਵੀ ਹੈ ਜਿਵੇਂ ਮਾਜੇ ਇਹ ਨਾੜੂਆ ਵੇਖੋ ਨਾਲ ਆ ਬੰਦਾ ਨਜ਼ਰ ਆ ਰਿਹਾ ਕੱਚਾ ਬਿਲਕੁਲ ਸਾਵਾ ਦਿਖ ਰੋਤਾ ਮਾਜੇ ਪੁੱਡਿਆਂ ਦੇ ਮਤਲਬ ਕੈਮਰਾ ਮਾਰ ਕੇ ਵਿਖਾਵੋ ਲੇਕਿਨ ਇਹ ਆਸ ਭਾਈ ਮੈਂ ਇਹ ਆਖਿਆ ਜਿਹੜੀ ਦੋ ਤਰਾ ਰੱਖਣੀਆਂ ਨਾ ਅਲਹਮਦੁਲਿਲਾ ਇੱਕ ਹੀ ਰੱਖ ਲਓ ਨਾ ਔਰ ਡੇਰੇ ਦੀ ਸ਼ਾਨ ਹੈ ਦੋਸਤੋ ਅਗਰ ਮਾਜ ਖੜੀ ਹੈ ਨਾ ਡੇਰੇ ਚ ਤੇ ਦੁਨੀਆ ਆ ਕੇ ਵੇਖ ਸੀ ਇੱਕ ਵਾਕੇ ਕੋਈ ਚੀਜ਼ ਬੰਦਾ ਕਿਸੇ ਤੋਹਫਾ ਆਇਆ ਔਰ ਕਿਸੇ ਜਗ੍ਹਾ ਤੋਂ ਆਇਆ ਹੈ ਬਿਲਕੁਲ ਜੀ ਮਾਸ਼ਾਅੱਲਾ ਬੜੀ ਤਗੜੀ ਹੈ ਔਰ ਵਾਕਈ ਸ਼ਾਜ਼ੋਰ ਹੈ ਇੱਕ ਹੀ ਪੂਰੀ ਆਉਣ ਵਾਲੀ ਹੈ ਜੀ ਹਾਂਜੀ ਦੋ ਮੱਝਾਂ ਦੀ ਗੁੰਜਾਇਸ਼ ਨਹੀਂ ਛੱਡਦੀ ਮਾਜ ਇੰਨੀ ਮਾਸ਼ਾਅੱਲਾ ਤਗੜੀ ਹੈ ਜੀ ਤੇ ਬਕਾਇਆ ਕੱਦ ਬੁੱਤ ਵਾਲੋ ਵਜੂਦ ਵਾਲੋ ਇਹ ਭਰਾ ਖੁਦ ਹੀ ਵੇਖ ਲੈਣ ਕਿ ਕੱਦ ਬੁੱਤ ਵਜੂਦ ਕੋ ਮਾੜਾ ਤੇ ਕੋਈ ਨਹੀਂਗਾ ਠੀਕ ਹੋ ਗਿਆ ਤੇ ਅਲਹਮਦੁਲਿਲਾ ਕੋ ਭਰਾਵਾਂ ਨਿਤ ਕੋ ਨਹੀਂ ਬੂਥੀ ਮਾਸ਼ਾਅੱਲਾ ਸਿੰਘ ਕੱਦ ਬੁੱਤ ਤੇ ਵੱਖੀ ਨਾ ਹੁੰਦੇ ਬਰਾਬਰ ਐਡੀ ਵੱਡੀ ਮੱਝ ਹੋ ਕੇ ਵੱਖੀ ਨਾ ਹੁੰਦੇ ਬਰਾਬਰ ਬਿਲਕੁਲ ਜੀ ਵੱਖੀ ਵੇਖੋ ਨਾ ਉੱਤੇ ਹੱਥ ਰੱਖਿਆ ਨਾ ਆਪਣੇ ਜਿਹੜਾ ਭਈ ਅਸਾਂ ਦੁੱਧ ਵਾਲੀ ਗੱਲ ਜੀ ਅਲਹਮਦੁਲਿਲਾ ਜੋ ਕਿ ਮੇਰਾ ਭਰਾ ਪਿਆ ਨਾ ਟੋਕਨ ਕਰ ਲਵਣ ਅੱਜ ਤੋਂ 15 ਦਿਨ ਮੇਰੇ ਆ ਕੇ ਕੋ 22 ਕਿਲੋ ਦੁੱਧ ਮੈਂ ਚਵਾ ਕੇ ਦੇਵਾਂਗਾ ਮਾਈ ਥਲੇ ਚਲੋ 20 ਕਿਲੋ ਵੀ ਦੇ ਦੇਵੇ ਨਾ ਤੇ ਬੜੀ ਭਾਰਤ ਵਾਲੀ ਗੱਲ ਹੈ ਦੁੱਧ ਨਸੀਬ ਦਾ ਹੁੰਦਾ ਦੋ ਬਕਾਇਆ ਆ ਸੇ ਭਾਈ ਮੱਝ ਦੇ ਮੱਝ ਦੱਸਦੀ ਹੈ ਕਿ ਮੈਂ 20 ਕਿਲੋ ਵਾਲੀ ਹੈ 10 ਕਿਲੋ ਵਾਲੀ ਹੈ 15 ਕਿਲੋ ਵਾਲੀ ਹੈ 18 ਕਿਲੋ ਵਾਲੀ ਹੈ ਠੀਕ ਹੋ ਗਿਆ ਮੈਂ ਗੱਲਾਂ ਕੀਤੀਆਂ ਵਾ ਤੂੰ ਗੱਲਾਂ ਕੀਤੀ ਉਹਦਾ ਫਾਇਦਾ ਕੋਈ ਨਹੀਂਗਾ ਇਹ ਅਗਰ ਦੋ ਮੈਂ ਨਾ ਤੁਸੀਂ ਵਿੱਚ ਚੁਆਈ ਕਰੋ ਜਿਹੜਾ ਨਾ ਬੋਲਾ ਨਿਕਲ ਜਾ ਸੀ ਪਰ ਦੋਸਤਾਂ ਨੂੰ ਪਾਸ ਵੀ ਹੋ ਜਾ ਸੀ ਥਣ ਦਾ ਹੀ ਪਤ ਲੱਗ ਜਾ ਭਾਈ ਅਸਫ ਕਰ ਜਿਹੜਾ ਬੋਲਾ ਵਿੱਚ ਵਿੱਚੇ ਪਚਵਾਈ ਕਰਾ ਛੱਡਨੇ ਕੋਈ ਪਰ ਚਲੋ ਠੀਕ ਹੈ ਲੈ ਚਲੋ ਫਿਰ ਤੂੰ ਚੁਆਈ ਕਰਾਨੇ ਨਾਲ ਭਾਈ ਅਸਫ ਉਹ ਗੱਲ ਕੋਈ ਨਹੀਂ ਕਿ ਮੈਂ ਇੱਥੇ ਬੈਠਾ ਲੈ ਬਾਜ਼ਾਰ ਦੇ ਲੱਤ ਵੀ ਚੁੱਕ ਦੇ ਲੈ ਬੱਚਾ ਇੱਕ ਦੂਰ ਦੀ ਗੱਲ ਹੈ ਮੈਂ ਇੱਥੇ ਬੈਠ ਚੁਆਈ ਕਰੇ ਇਹ ਤੋਂ ਉੱਤੇ ਅਸੀਲੀ ਕੋ ਨੇਤੇ ਹੀ ਹੋ ਜਿਆ ਕੋਈ ਨਹੀਂ ਵਿਖਾਣੀ ਕਿਸੇ ਬਿਲਕੁਲ ਜੀ ਨਜ਼ਰ ਆ ਰਿਹਾ ਦੋਸਤ ਬੱਚਾ ਸਾਈਡ ਤੇ ਵਰਦਾ ਹੋਵੇ ਤੇ ਇੱਥੇ ਹੀ ਬੱਚਾ ਲਾ ਮਾਈ ਹੁੰਗਾ ਚੱਕ ਉੱਥੇ ਬਾਹਰ ਕੱਢ ਲੋ ਖਾ ਗਿਆ ਕੋਈ ਨਹੀਂ ਭਾਈ ਅਸਫ ਇੱਥੇ ਕੋਈ ਪਰੇਸ਼ਾਨੀ ਐਡੀ ਵੱਡੀ ਮੱਝ ਹੋ ਕੇ ਕੋੜੀ ਨਾ ਹੁੰਦੇ ਬਰਾਬਰ ਧੁੰਨੀ ਕੋੜੀ ਤੋਂ ਬਿਲਕੁਲ ਪਾਕ ਹੈ ਮੁੱਛ ਬੱਗੀ ਚਲੋ ਚੁਆਈ ਨਾਲ ਹੀ ਕਰੋ ਤਾਂ ਕਿ ਦੋਸਤਾਂ ਨੂੰ ਪਤਾ ਚੱਲ ਜਾਵੇ ਪਾਸਦਾਰੀ ਹੋ ਜਾਵੇ ਇੱਥੇ ਜੇਰ ਸਾਰੀ ਪਾ ਦਿੱਤੀ ਜੇਰ ਭਾਈ ਅਸਫ ਜੇਰ ਦੀ ਗੱਲ ਅਲਹਮਦੁਲਿਲਾ ਮਤਲਬ ਦੋ ਸੂਏ ਮੱਝ ਦੇ ਕਲੀਅਰ ਹੋ ਗਏ ਨੇ ਠੀਕ ਹੋ ਗਿਆ ਠੀਕ ਹੋ ਗਿਆ ਜੇਰ ਦਾ ਜੇਰ ਵਾਲੀ ਵੀ ਮੱਝ ਗਏ ਹੁਣ ਇੱਕ ਮੈਲਾ ਰਹਿ ਗਿਆ ਮੈਲਾ ਉਹ ਭਰਾਵਾਂ ਦੀ ਪਹੁੰਚ ਤਾਂ ਆਪੇ ਫਟਾਣਾ ਭਰਾਵਾਂ ਠੀਕ ਹੋ ਗਿਆ ਜੀ ਇਹ ਤੋਂ ਉੱਤੇ ਭਾਈ ਸਾਹਿਬ ਕੀ ਅਸੀਲੀ ਨਾ ਕੋ ਰੱਸਾ ਮਾਰੇ ਨਾ ਕੋ ਵੰਗਾ ਮਾਰੇ ਜਿੱਥੇ ਖੜੀ ਕਰਦੀ ਉੱਥੇ ਚੋਲੋ ਐਡੀ ਵੱਡੀ ਮੱਝ ਮਾਸ਼ਾਅੱਲਾ ਦੋਸਤੋ ਬੜੀ ਅਸੀਲ ਸਹੂ ਹੈ ਜੀ ਮੂੰਹ ਦੀ ਵੀ ਅਸੀਲ ਹੈ ਉਂਝ ਵੀ ਜਿੱਥੇ ਬੈਠੇ ਆ ਜਿਹਦੇ ਖਲੋਤੀ ਉਵੇਂ ਬਹਿ ਜਵਾ ਕੇ ਕੋਈ ਵੰਗੇ ਦੀ ਨਹੀਂ ਜ਼ਰੂਰਤ ਪਈ
ਮਾਸ਼ਾਅੱਲਾ ਖਲੋ ਰਹੀ ਹੈ, ਇਹੀ ਸੀਲਤ ਹੁੰਦੀ ਜੀ ਜਾਨਵਰ ਦੀ। ਦੋਸਤੋ ਪਸਮਾ ਕਰਾਉਂਦੇ ਆ, ਬ੍ਰੇਕ ਲਾਉਂਦੇ ਹਾਂ ਜੀ, ਫਿਰ ਤੁਹਾਨੂੰ ਵਿਖਾਉਂਦੇ ਹਾਂ ਚੁਆਈ ਦੀ ਜੀ। ਦੋਸਤੋ ਆ ਚੁਆਈ ਕਰਦੇ, ਬਾਲਟੀ ਹੋਰ ਵਿਖਾ ਦਿਓ ਜੀ, ਹੁਣ ਸ਼ੁਰੂ ਕੀਤੀ ਨੇ ਚੁਆਈ। ਹਾਂ ਠੀਕ ਹੈ ਜੀ, ਚੁਆਈ ਕਰੋ ਜੀ। ਅਜੇ ਭਾਈ ਆ ਸਭ ਬੋਲਾ ਹੀ ਆ ਭਰਾ, ਖੁਦ ਹੀ ਵੇਖ ਲੈਣਾ। ਬਿਲਕੁਲ ਜੀ, ਪਹਿਲਾਂ ਬੋਲਾ ਤੁਸੀਂ ਦੱਸਦੇ ਪੈਣ ਹਾਲੇ ਹੁਣੀ ਚੁਆਈ ਕਰਦੇ ਪੈਣ। ਧਾਰ ਭਰਾ ਵੇਖ ਲੈਣ ਕਿ ਮਾਜ ਚੁਆ ਮਾਜ ਨੂੰ ਕਿਸ ਤਰ੍ਹਾਂ ਲੱਗਿਆ, ਕਿ ਕੋਈ 10 ਸਾਲ ਦਾ ਬੱਚਾ ਵੀ ਥੱਲੇ ਬੈਕ ਚੁੰਦਾ ਰਹੇ ਨਾ, ਪਰੇਸ਼ਾਨੀ ਕੋਈ ਨਹੀਂ। ਬਿਲਕੁਲ ਜੀ, ਮਾੜਾ ਮੋਟਾ ਚੁਆ ਆ, ਕੋਈ ਛੱਟਾ ਨਹੀਂ, ਕੋਈ ਫੁਹਾਰਾ ਨਹੀਂ ਜੀ। ਔਰ ਦੋ ਤੁਹਾਨੂੰ ਦੋਸਤ ਵਿਖਾਉਂਦੇ ਆ ਵੀ ਬਿਲਕੁਲ ਪਹਿਲਾਂ ਬੋਲ ਆਇਆ ਜੀ, ਉਹਨਾਂ ਨਜ਼ਰ ਆ ਰਿਹਾ ਸੀ ਪੀਲਾ। ਇਹ ਅਸ ਭਾਈ ਚਵੀ ਕੇ ਆ ਜਾਂਦਾ ਨਾ ਸਾਹਮਣੇ, ਇਹ ਭਰਾ ਖੁਦ ਹੀ ਵੇਖ ਲੈਣਾ। ਅਲਹਮਦੁਲਿਲਾ ਕੋਈ ਗਲਤ ਬਿਆਨ ਵਾਲੀ ਗੱਲ ਕੋਈ ਨਾ ਹੋਏਗੀ। ਫੜਾ ਬਿਲਕੁਲ ਮੋਟਾ ਗੁੱਠੇ ਵਰਗੇ। ਦੋਸਤਾਂ ਨੂੰ ਨਜ਼ਰ ਆ ਰਿਹਾ ਮਾਸ਼ਾਅੱਲਾ ਜੀ, ਵੇਖੋ ਨਾ ਬੜਾ ਸੋਹਣਾ ਚੁਆ, ਕੋਈ ਛੱਟਾ ਫੁਹਾਰੇ ਵਾਲੀ ਗੱਲ ਹੀ ਨਹੀਂ। ਬੱਚਾ ਅੱਗੇ ਕਰੋ ਮਾਈ ਜੀ, ਬਰਤਨ ਇੱਕ ਹੋਰ ਫੜ ਲਿਆ। ਇਹਨਾਂ ਟੇਢੀ ਕਾਢ ਲਓ ਜਿਹੜਾ ਬੈਠਾ। ਬਿਲਕੁਲ ਜੀ, ਨਜ਼ਰ ਆ ਰਿਹਾ ਦੋਸਤ ਦੇਖਦੇ ਪਏ ਨੇ ਚੁਆਈ, ਮਾਸ਼ਾਅੱਲਾ ਬੜੀ ਮੋਟੀ ਫੜਿਆ ਰੀਕ ਧਾਰ ਪਾਉਂਦੀ ਪਈ, ਔਰ ਬਿਲਕੁਲ ਪੋਲੀ ਚੁਆਈ ਦੀ ਹੈ। ਆ ਪਿਛਲੀ ਜੋੜੀ ਭਾਈ ਔਰ ਚੁਆਈ ਕਰਦੇ ਪਏ ਨੇ। ਬਰਤਨ ਆ ਲੈਂਦਾ, ਚਲੋ ਜੀ ਇਹ ਬਰਤਨ ਆ ਲਵੇ, ਦੂਸਰਾ ਜੀ ਬ੍ਰੇਕ ਕਰਨੇ ਆ ਜੀ। ਜੀ ਇਹ ਦੂਸਰਾ ਬਰਤਨ ਆਇਆ ਜੀ, ਦੂਸਰੇ ਬਰਤਨ ਪਿਛਲੇ ਜੋੜੀ ਦੇ ਚੁਆਈ ਕਰਿਆ ਜੀ ਹਾਲੇ। ਪਹਿਲਾ ਬਰਤਨ ਤਾਂ ਵੇਖੋ ਆ ਦਿੱਤੇ ਆ ਨਾ, ਔਰ ਇੱਕ ਆਸ ਭਾਈ ਹੋਰ ਵੇਖ ਲੈਣਾ ਕਿ ਜਿਹੜੀ ਅਗਾੜੀ ਪਛਾੜੀ। ਹਾਂ ਬਿਲਕੁਲ, ਅਗਾੜੀ ਪਛਾੜੀ ਬਰਾਬਰ ਹੋਵੇਗੀ, ਬਰਾਬਰ ਮਾਸ਼ਾਅੱਲਾ ਥਾਣ ਬਰਾਬਰ ਹੈ ਨਾ, ਤੇ ਅਗਾੜੀ ਪਛਾੜੀ ਬਰਾਬਰ ਹੀ ਹੋਣੀ ਜੀ। ਅੱਗੇ ਬੱਚੇ ਵੀ ਰੱਜ ਕੇ ਚੁੰਗੇ, ਕੋਈ ਕਿਲੋ ਦੋ ਚੋਇਆ ਵੀ ਆ। ਪਾਸਦਾਰੀ ਕਰਵਾ ਦਿਓ ਬੱਚੇ ਨੂੰ। ਨਜ਼ਰ ਭਾਈ ਚੁਆਈ ਹੋ ਰਹੀ, ਨਜ਼ਰ ਆ ਰਹੀ ਦੋਸਤ ਦੇਖ ਰਹੇ ਨੇ। ਹੁਣ ਕੀਮਤ ਦੇ ਬਾਰੇ ਦੱਸੋ ਜੀ, ਤਰੀਫਾਂ ਤਾਂ ਆਪਾਂ ਕਰ ਛੱਡੀਆਂ ਨੇ ਭਾਈ, ਤੇ ਆਖਰ ਤਰੀਫ ਹੈ ਸੋਨੇ ਰੱਬ ਦੀ ਜ਼ਾਤ। ਬਿਲਕੁਲ ਜੀ, ਸੋਨੇ ਰੱਬ ਦੀ ਜ਼ਾਤ, ਕੋਈ ਨਹੀਂ ਜੀ, ਠੀਕ ਹੋ ਗਿਆ। ਬਾਕੀ ਜਾਨਵਰ ਲੇਕਿਨ ਭਾਈ ਆਸਬ ਨਾ ਜਾਨਵਰ ਨੂੰ ਵੇਖ ਕੇ ਯਕੀਨ ਕਰੋ ਕਿ ਤੁਹਾਡੇ ਸਾਹਮਣੇ ਜਿਹੜੇ ਭਾਈ ਹੁਣੀ ਬੈਠੇ ਆ ਉਹਨਾਂ ਵੀ ਮੁੱਲ ਆਇਆ ਜੀ। ਲੇਕਿਨ ਮੈਂ ਉਹਨਾਂ ਕਿਉਂ ਮਾਜੀ ਦਿੱਤੀ ਕਿ ਮੇਰੀ ਵੀਡੀਓ ਖਾਲੀ ਹੋ ਜਾਣੀ, ਵਾਰ ਫਿਰ ਖਾਲੀ ਫਿਰ ਜਾ ਕੇ ਮੁੜ 4-5 ਦਿਨ ਦੇ ਪੈ ਜਾਂਦਾ ਜੀ। ਤੇ ਲੇਕਿਨ ਮੈਂ ਸ਼ੋਅ ਕਰਾਉਣਾ ਸੀਗਾ ਮਾਜ ਦਾ, ਤੇ ਉਹ ਮੈਂ ਭਰਾਵਾਂ ਨੂੰ ਕਰਾ ਛੱਡਿਆ। ਲੇਕਿਨ ਮਾਜ ਜਿੱਥੇ ਮਰਦੀ ਪਿਆ ਕਿ ਭਾਈ ਅਸਾਂ ਵੇਚ ਲੈ, 8 ਦੀ ਵੇਚ ਲੈ, 9 ਦੀ ਵੇਲੇ ਲੋਕੀ ਡਿਮਾਂਡਾਂ ਵੀ ਕਰਦੇ ਪਏ ਆ, ਠੀਕ ਹੋ ਗਿਆ। ਲੇਕਿਨ ਆਪਾਂ ਉਹ ਗੱਲਾਂ ਭਾਈ ਅਸਾਂ ਨਹੀਂ ਕਰਨੀਆਂ ਜੀ। ਮਾਜ ਜਿੱਥੇ ਮਰਦੀ ਪਿਆ ਕਿ ਮੈਂ ਆਖ ਛੱਡਣਾ ਕਿ ਮਾਜ ਮੇਰੀ 6 ਲੱਖ ਦੀ ਹੈ। ਹਾਂਜੀ ਠੀਕ ਹੈ, ਲੇਕਿਨ ਆਪਾਂ ਉਹ ਨਹੀਂ ਮੰਗਣਾ ਭਰਾਵਾਂ। ਬਿਲਕੁਲ ਜੀ, ਜਾਇਜ਼ ਮੁਨਾਸਿਬ ਮੰਗਣਾ ਜੀ। 6 ਵੀ ਭਰਾਵਾਂ ਨੂੰ ਛੱਡ ਦਿੱਤਾ ਸਾਰਾ ਕੁਝ, ਛੱਡ ਕੇ ਰੁਪਇਆ 4,45,000 ਰੁਪਇਆ। ਮਾਸ਼ਾਅੱਲਾ ਜੀ, ਰੇਟ ਤਾਂ ਠੀਕ ਕੀਤਾ ਗੁੱਜਰ ਸਾਹਿਬ ਤੁਸੀਂ, ਜਾਨਵਰ ਵੀ ਚੰਗਾ ਹੈ, ਲੇਕਿਨ
ਇਹ ਕਿ ਜਿਤਨਾ ਦੋਸਤਾਂ ਨੂੰ ਹੋ ਸਕਦਾ ਜੇ ਪਿਆਰ ਮੁਹੱਬਤ ਕਰੋ ਭਈਆ। ਸਭ ਗੱਲ ਇਹ ਹੈ ਨਾ, ਮੰਗਣ ਨੂੰ ਪੰਜ ਵੀ ਮੰਗ ਲਵਾਂ ਨਾ ਤੇ ਮੇਰੀ ਚੀਜ਼ ਤਾਂ ਮੈਂ ਮੰਗ ਸਕਦਾ। ਠੀਕ ਹੈ ਬਿਲਕੁਲ ਜੀ, ਚੀਜ਼ ਦਾ ਰੇਟ ਹੁੰਦਾ ਜੀ, ਚੀਜ਼ ਦਾ ਰੇਟ ਮੰਗਿਆ ਜਾਵੇ ਨਾ ਫਿਰ ਠੀਕ ਹੁੰਦਾ ਜੀ, ਓਵਰ ਰੇਟ ਨਹੀਂ। ਅਲਹਮਦੁਲਿਲਾ ਚੀਜ਼ ਇਹ ਭਰਾਵਾਂ ਨੂੰ ਵਿਖਾਈ ਹੈ, ਕਿਸੇ ਭਰਾ ਦੇ ਡੇਰੇ ਜਾਏਗੀ ਲੋਕੀ ਤੱਕਣਗੇ ਦੂਰੋਂ ਦੂਰੋਂ ਆ ਕੇ ਪੁੱਛਣਗੇ ਵਾਕਿਆ ਕਿੱਥੇ ਜਾਨਵਰ ਆਇਆ। ਬਿਲਕੁਲ ਖੂਬਸੂਰਤ ਜਾਨਵਰ ਹੈ ਤੁਹਾਡਾ, ਲੇਕਿਨ ਰੇਟ ਉਹ ਮੁੰਡੇ ਚਾਹੁੰਦੇ ਪਏ ਆ, ਹਜੇ ਬੋਲਾ ਕਾਫੀ ਸਾਰਾ ਮਾਝੋ ਥੱਲੇ ਖੜਾ ਹੈ। ਠੀਕ ਹੈ, ਲੇਕਿਨ ਆਪਾਂ ਸਾਰੀ ਮਾਝ ਚੋਣੀ ਕੋਣੀ ਮਾਝ ਹਵਾ ਨਾ ਕਰ ਜਾਵੇ, ਸਰਦੀ ਹੈ। ਰੇਟ ਦੀ ਜਿਹੜਾ ਨਾ ਬਈ, ਮੈਂ ਹੋਰ ਪਿਆਰ ਮੁਹੱਬਤ ਕਰੋ, ਜਿਤਨਾ ਹੋ ਸਕਦਾ ਦੋਸਤਾਂ ਨਾਲ ਪਿਆਰ ਮੁਹੱਬਤ ਕਰੋ ਭਈ। ਆ ਸਭ ਸਾਰੀਆਂ ਗੱਲਾਂ ਛੱਡ ਕੇ ਰੁਪਇਆ 4,40,000 ਭਰਾਵਾਂ ਦੀ ਰਾਤ ਵਾਸਤੇ ਜੀ, ਥੋੜੀ ਬਹੁਤੀ ਪਿਆਰ ਮੁਹੱਬਤ ਭਰਾਵਾਂ ਨਾਲ ਹੋ ਜਾਏਗੀ, ਲੇਕਿਨ ਗੱਲਾਂ ਆਪਸ ਭਾਈ ਮੈਂ ਅੱਜ ਕੋਈ ਕੀਤੀਆਂ ਗੱਲਾਂ, ਮੈਂ ਮੇਰੇ ਕੋਲ ਇੱਥੇ ਡੇਢ ਤੇ ਪਾਰਟੀਆਂ ਆਉਂਦੀਆਂ ਨੇ, ਮੈਂ ਮੁੱਲ 7-8 ਲੱਖ ਤੋਂ ਘੱਟ ਮੈਂ ਇਹਦਾ ਮੁੱਲ ਹੀ ਕੋਈ ਕੀਤਾ। ਅਤੇ ਭਾਈ ਆਸ ਨਾ ਇੱਕ ਹੋਰ ਗੱਲ ਹੈ, ਮੈਂ ਸੂਆ ਚੋ ਵੀ ਲਵਾਂ ਨਾ, ਬਾਅਦ 'ਚ ਮੈਂ ਤਰੋਕੜਾਂ 'ਚ ਵਿੱਚ ਫਿਰ ਵੀ 3-3.5 ਲੱਖ ਤਰੋਕੜਾ ਵੇਚਦੇ ਆ। ਬੋਲਾ ਕੱਢ ਲਿਆ ਹਵਾਨਾ, ਹਜੇ ਵੀ ਵੇਖ ਲਓ ਮੈਂ, ਬਿਲਕੁਲ ਹਜੇ ਬੋਲਾ ਜੀ ਚਵਾਈ ਕਰਦੇ ਬਾਲਟੀ, ਇੱਕ ਬਾਲਟੀ ਬੋਲਦੀ ਮੈਂ ਹੋਰ ਕੱਢਣੀ ਹੈ। ਆ ਬਿਲਕੁਲ ਥਣਾ ਛੜਿਆ ਨੇ, ਹਵਾ ਸ਼ਵਾ ਪੈ ਜਾਂਦੀ, ਹਾਲੀ ਤਾਜ਼ੀ ਸੂਈ ਹੈ ਜੀ, ਲੇਕਿਨ ਦੋਸਤਾਂ ਨਾਲ ਜਿਤਨੀ ਹੋ ਸਕਦੀ ਨੇ ਹੋਰ ਵੀ ਜਾਇਜ਼ ਮੁਨਾਸਬ ਕੋਈ ਹੈ ਕਾ ਸਰ? ਤਾਂ ਉਹ ਵੀ ਉਹ ਭਰਾਵਾਂ ਨਾਲ ਫੋਨ ਕਰਨੇ ਕੇ ਕਸਰ ਕੱਢ ਲਾਂਗੇ, ਲੇਕਿਨ ਅਲਹਮਦੁਲਿਲਾ ਮਾਝ ਨੂੰ ਵਜ਼ਨ 15-16 ਮਨ ਲੱਗਾ ਹੋਇਆ। ਮਾਸ਼ਾਅੱਲਾ ਸੋਹਣੀ ਹੈ ਜੀ, ਵਜ਼ਨ ਵਾਲੀ ਹੈ, ਥੱਲੇ ਕੱਟੀ ਸੋ ਦੂਸਰਾ ਵਾਰੇ ਦੀ ਸੂਈ ਹੈ ਜੀ। ਪਹਿਲਾ ਬੋਲਾ ਹੁਣ ਤੁਹਾਡੇ ਸਾਹਮਣੇ ਦੋਸਤੋ ਕੱਢ ਲਿਆ, ਤੇ ਆਇਆ ਦੋਸਤਾਂ ਨਾਲ ਅੱਛੀ ਖਾਸੀ ਪਿਆਰ ਮੁਹੱਬਤ ਕਰੋਗੇ ਬਈ ਮਜ਼ਾ ਜੀ, ਇਨਸ਼ਾਅੱਲਾ ਹੋਏਗੀ। ਠੀਕ ਹੋ ਗਿਆ ਜੀ, ਅੱਗੇ ਲਾਇਆ ਦੂਸਰੇ ਨੰਬਰ ਤੇ ਜੀ, ਜੀ ਦੂਸਰੇ ਨੰਬਰ ਤੇ ਗਾਇਆ ਮਜ਼ਰ ਬਈ ਇਹਦੀ ਡਿਟੇਲ ਦੱਸੋ ਭਾਈ। ਆ ਸਭ ਦੂਜਨ ਵੱਛੀ ਜੀ, ਤੇ ਭਰਾਵਾਂ ਵਾਸਤੇ ਹੈ ਤੋਹਫਾ, ਠੀਕ ਹੋ ਗਿਆ ਦੇਣਾ ਜੇ ਵੱਛੀ ਕਰਦੀ ਹੈ 15-20 ਮਤਲਬ ਲਾਈ ਹੁਣ ਪੈ ਜੀ, ਹੁਣ ਜੀ ਇਹ ਤੋਂ ਗਾਇਨੇ ਬਣਾਵਣਾ ਜਿਹੜੀ ਕੁਝ ਬਣਾਇਆ। ਠੀਕ ਹੋ ਗਿਆ ਜੀ, ਠੀਕ ਹੋ ਗਿਆ। ਤੇ ਬਕਾਇਆ ਕੱਦ ਬੋਤਲ ਵਜੂਦ ਵਾਲੋ ਸੋਹਣ ਸੁਨੱਖ ਸ਼ੁਕੀਨੀ ਵਾਲੋ, ਇਹ ਤੁਸੀਂ ਆਪੇ ਵੇਖ ਲਓ। ਮਾਸ਼ਾਅੱਲਾ ਥਾਣ ਸੋਹਣਾ ਵੱਛੀ ਲੱਗਾ ਹੋਇਆ, ਬਿਲਕੁਲ ਨਿੱਕੇ ਨਿੱਕੇ ਕੰਨ ਲੱਗੇ ਹੋਏ ਹੋ, ਸਿਆਣੇ ਦੀ ਕਹਾਵਤ ਨਾ, ਨਸਲ ਜਦੋਂ ਵੀ ਪਹਿਚਾਣੋ ਨਾ, ਗਾਂ ਦੇ ਕੰਨ ਛੋਟੇ ਹੋਣ ਤੇ ਮਾਝ ਦੇ ਕੰਨ ਵੱਡੇ ਹੋਣ। ਦੂਸਰਾ ਵਾਰਾ ਵਾਸਤੇ ਚੋਗੀ ਮੂੰਹ ਚ ਭਾਈ ਆ ਸਭ, ਦੂਸਰਾ ਸੂਰ ਚੋਗੀ ਮੂੰਹ ਚ ਹੂ ਹੈ। ਦੂਸਰਾ ਵਾਰਾ ਵਾਸਤੇ ਤਿਆਰ ਹੈ, 10-15 ਦਿਨ ਕੱਢਦੀ ਹੈ ਜੀ, ਔਰ ਓਰੀਜਨਲ ਗੋਨੀ ਹੋਈ ਹੈ। ਤੇ ਇਹ ਭਾਈ ਆ ਸਭ ਨਾ ਜਿਹੜੀਆਂ ਮੂੰਹ ਚੋਗੀਆਂ ਹੁੰਦੀਆਂ ਜੀ, ਗਾਟੀ ਹੁੰਦੀਆਂ, ਖੀਰੀ ਪਹਿਲੇ ਸੂਈ ਸੀ, ਦੂਸਰਾ ਸੂਰ ਚੋਗੀਆਂ ਹੀ ਸੋਣਾ। ਠੀਕ ਹੋ ਗਿਆ ਜੀ, ਮਾਸ਼ਾਅੱਲਾ ਲਵੀ ਔਰ ਬੜੇ ਕੱਦ ਵਾਲੀ ਵੇਲ ਵਾਲੀ, ਔਰ ਰੰਗ ਬੜਾ ਸੋਹਣਾ, ਸੋ ਪਿਓਰ ਆਸਟ੍ਰੇਲੀਆ ਜਿਹੜੀ ਹੈ ਨਾ। ਬਕਾਇ ਆਪਣੇ ਘਰ ਦੀ ਆ ਸਭਾਈ, ਇਹ ਤੁਹਾਨੂੰ ਅੱਗੇ ਵੀ ਪਤਾ ਹੈ ਜੀ, ਅਲਹਮਦੁਲਿਲਾ ਆਪਣੇ ਘਰ ਦੀ ਆ, ਵੇਖੀ ਤੱਕੀ ਹੋਈ ਹੈ। ਠੀਕ, ਪਿਛਲੇ ਸੂਏ ਤੁਹਾਡੇ ਕੋਲ ਰਹੀ, ਕਿਤਨਾ ਕੁ ਦੁੱਧ ਦਿੰਦੀ ਰਹੀ, ਪੱਕਾ ਦੁੱਧ ਕਰਦੀ ਰਹੀ ਜਿਹੜਾ ਪਿਛਲੇ ਸੂਏ ਆ ਸਭ, ਜਿਹੜਾ ਬੱਚਾ ਨੂੰ ਛੱਡ ਕੇ ਆ ਨਾ ਜੀ, ਚੰਗਾ ਸਾ ਵੀ ਭਾਈ, ਖਰਾਬ ਚੰਗੀ ਪਈ ਮੈਂ ਆਖੀ ਕੋਈ ਨਹੀਂ। ਹਾਂਜੀ, ਦੁੱਧ ਲਿਆ ਜ਼ੋਰ ਨਾਲ ਕੋ ਲਿਆ, ਦੁੱਧ ਵੱਛੀ ਤਾਂ 18-19 ਹੈ। ਠੀਕ ਹੋ ਗਿਆ, ਠੀਕ ਹੈ, ਲੇਕਿਨ ਵੱਛੀ ਇਸ ਵਾਰੀ 20 ਤੋਂ ਬਾਹਰ ਦੇਵੇਗੀ ਦੁੱਧ, ਸਾਰਾ ਗਰੰਟੀ ਨਾ। ਅੱਜ ਜਿੰਨੀ ਕੁ ਨਸਲ ਜ਼ਾਤ, ਜਿੰਨੀ ਨਸਲ ਜ਼ਾਤ, ਜਿੰਨੀ ਕੁ ਸਮੇਂ ਤੇ ਉਮੀਦ ਹੈ ਜਿਹੜੀ ਅਸਾਂ ਗਰੰਟੀ ਦੇ ਛੱਡਣੀ, 20 ਤੋਂ ਬਾਅਦ ਦੀ ਹੋਏਗੀ। ਮਜ਼ਰ ਭਾਈ ਕੀਮਤ ਇਹਨੀ ਕਿਤਨੀ ਕਰਦੇ ਪਿਓ? ਕੀਮਤ ਭਾਈ ਅਸਲ ਵਿੱਚ ਵੱਛੀ ਕੱਚੀ ਹੈ, ਠੀਕ ਹੋ ਗਿਆ, ਜੇ ਕਿਸੇ ਭਰਾ ਨੂੰ ਲੱਗੇ ਚੰਗੀ, ਮੇਰਾ ਫੋਨ ਤੇ ਕਰ ਲਓ, ਕਹਿ ਜਾ ਵੱਛੀ ਲਾਏ ਹਜੇ ਹੁਣ ਪਈ ਹੈ, ਐਵੇਂ 15-20 ਦਿਨ ਲੈਣੇ ਭਾਈ ਅਸਲ, 15-20 ਦਿਨ ਕੱਢਦੀ ਹਲੇ ਜੀ। ਆ ਹੁਣ ਜਿਹੜੇ ਦਿਨਾਂ ਜਿਹਨੇ ਬਣਾਉਣਾ ਹੈ ਐਂਡ ਤੱਕ ਬਣਾਉਂਦੀ ਹੈ। ਥਾਣ ਮਾਸ਼ਾਅੱਲਾ ਵੱਛੀ ਨੂੰ ਸੋਹਣਾ ਲੱਗਾ ਹੋਇਆ, ਮੁੱਠ ਮੁੱਠ ਥਾਣ ਲੱਗਾ ਹੋਇਆ, ਪਿਆਰਾ ਥਾਣ ਲੱਗਾ ਹੋਇਆ, ਚੰਗੀ ਕੱਦ ਬਹੁਤ ਵਾਲੀ ਹੈ, ਵਿਛੋਰ ਤੇ ਸਿਰ ਜਿੱਦਾਂ ਕੱਦ ਹੈ ਮਾਸ਼ਾਅੱਲਾ, ਪਹਿਲਣ ਵੱਛੀ ਹੈ, ਦੂਸਰਾ ਵੱਛੀ, ਦੂਸਰਾ ਸੂਆ ਵੱਛੀ ਸੋਹਣਾ ਹੁਣ ਮਾਸ਼ਾਅੱਲਾ, ਬੜੇ ਕੱਦ ਵਾਲੀ ਔਰ ਬੜਾ ਸੋਹਣਾ ਰੰਗ, ਪਿਓਰ ਬੋਡੀ ਹੈ ਜੀ ਕੋਈ। ਹਾਂਜੀ, ਪਿਓਰ ਬਰੀਡ ਵੀ ਹੈ, ਪਿਓਰ ਬੋਡੀ ਵੀ ਹੈ, ਛੋਟੇ ਛੋਟੇ ਕੰਨ ਲੱਗੇ ਹੋਏ, ਕੱਦ ਆ ਰੰਗ ਸੋਹਣਾ ਸੋ, ਔਰ
20 ਕਿਲੋ ਤਾਂ ਮਾਸ਼ਾਅੱਲਾ ਇਹ ਦੇਵਾਂ ਵਾਲੀ ਜਿਤਨਾ ਕਦ ਬੁੱਧ ਹੈ ਇਹਦਾ 20 ਕਿਲੋ ਤਾਂ ਦੀ ਗੱਲ ਇਹਦੇ ਵਾਸਤੇ ਜਦ ਦੇਵੇ ਖੁਰਾਕ ਅੱਛੀ ਹੋਵੇ ਤਾਂ ਜੀ ਬਾਕੀ ਦੁੱਧ ਨਸੀਬ ਦੀ ਗੱਲ ਹੈ ਜੀ ਕੀਮਤ ਮਜ਼ਾਰ ਭਾਈ ਦੀ ਫਿਰ ਫੋਨ ਤੇ ਕਰ ਲਿਓ ਠੀਕ ਹੈ ਦੋਸਤੋ ਦੋ ਜਾਨਵਰ ਦਿਖਾਏ ਨੇ ਅਗਰ ਕਿਸੇ ਦੋਸਤ ਨੂੰ ਪਸੰਦ ਹੁੰਦਾ ਕਾਲ ਕਰਕੇ ਭਾਈ ਮਜ਼ਾਰ ਨਾਲ ਸਾਡੇ ਨਾਲ ਖਰੀਦ ਸਕਦੇ ਹੋ ਅਗਲੀ ਵੀਡੀਓ ਤੱਕ ਦਿਓ ਇਜਾਜ਼ਤ ਖੁਦਾ ਹਾਫਿਜ਼।